ਦੋਸਤੋ, ਅੱਜ ਆਪਾਂ ਦਿਖਾ ਰਹੇ ਹਾਂ ਵੱਟਾਂ ਪਾਉਣ ਵਾਸਤੇ ਸਿੰਪਲ ਜਿੰਦਰੀ, ਪੁਰਾਣਾ ਮਾਡਲ ਸਿੰਪਲ ਜਿੰਦਰੀ ਵੱਟਾਂ ਪਾਉਣ ਵਾਲੀ, ਜਿਹੜਾ ਕਿ ਬਿਨਾਂ ਤਵੇ ਤੋਂ ਪੁਰਾਣਾ ਮਾਡਲ ਹੈ। ਲੇਕਿਨ ਦੋਸਤੋ, ਇਹਨੂੰ ਆਪਾਂ ਨਵੇਂ ਮਾਡਲ 'ਚ ਤਿਆਰ ਕੀਤਾ ਬਹੁਤ ਹੀ ਮਜ਼ਬੂਤੀ ਨਾਲ ਔਰ ਬਹੁਤ ਸ਼ਾਨਦਾਰ ਤਕਨੀਕ ਦੇ ਨਾਲ। ਇਹਦੀ ਖਾਸੀਅਤ ਹੈ ਦੋਸਤੋ ਕਿ ਆਪਾਂ ਕੋਈ ਵੀ ਫਸਲ ਦੀ ਬਿਜਾਈ ਕਰ ਲਈ ਹੈ, ਉਹਦੇ ਵਿੱਚ ਆਪਾਂ ਵੱਟ ਪਾਉਣੀ ਹੈ ਤਾਂ ਦੋਸਤੋ ਇਹ ਬੀਜ ਨਹੀਂ ਚੱਕਦੀ। ਆਪਣੀ ਬਿਜਾਈ ਕੀਤੀ ਫਸਲ ਦਾ ਬੀਜ ਨਹੀਂ ਚੱਕੂਗੀ ਔਰ ਵੱਟ ਪਾ ਦੂਗੀ ਬਹੁਤ ਵਧੀਆ, ਕਿਉਂਕਿ ਦੋਸਤੋ ਅਗਲੇ ਪਾਸੋਂ ਇਹ ਪੂਰਾ ਚੌੜਾ ਜਿੰਦਰ ਚੌੜਾਈ ਕਰਕੇ ਬਣਾਇਆ ਹੁੰਦਾ, ਜਿਹੜਾ ਕਿ ਇਹ ਟਰੈਕਟਰ ਦੇ ਟਾਇਰ ਦੀ ਬਾਹਰਲੀ ਕੰਨੀ ਤੋਂ ਮਿੱਟੀ ਲੈ ਕੇ ਵੱਟ ਬਣਾਉਂਦਾ ਔਰ ਵੱਟ ਦੇ ਦੋਨਾਂ ਪਾਸੇ ਕੋਈ ਖੱਡਾ ਨਹੀਂ ਬਣਾਉਂਦਾ ਕਿਸੇ ਪ੍ਰਕਾਰ ਦਾ ਔਰ ਬੀਜ ਨਹੀਂ ਚੱਕਦਾ। ਔਰ ਆਪਾਂ ਦੇਖਦੇ ਹਾਂ ਜੀ, ਆਮ ਇਹਨਾਂ ਜਿੰਦਰਾਂ ਦੇ ਅੰਦਰ ਇੱਥੇ ਇੱਕ ਸਪੋਰਟ ਲੱਗੀ ਹੁੰਦੀ ਹੈ, ਇਹਦੇ ਅੰਦਰ ਕੋਈ ਸਪੋਰਟ ਨਹੀਂ ਦਿੱਤੀ, ਆਪਾਂ ਬਿਲਕੁਲ ਅੰਦਰੋਂ ਪਲੇਨ ਹੈ। ਇਹੀ ਸਪੋਰਟ ਆਪਾਂ ਦੋਸਤੋ ਇਹਦੇ ਬਾਹਰ ਲੈ ਆਉਂਦੀ, ਆਹ ਦੇਖੋ ਇਹ ਸਪੋਰਟ ਆਪਾਂ ਬਾਹਰ ਦੇਤੀ ਹੈ, ਜਿਹਦੇ ਨਾਲ ਇਹ ਬਹੁਤ ਹੀ ਮਜ਼ਬੂਤ ਅਤੇ ਸ਼ਾਨਦਾਰ ਜਿੰਦਰਾ ਬਣ ਗਿਆ। MGS ਕ੍ਰਿਸ਼ੀ ਯੰਤਰਾ ਗੋਲੂਵਾਲਾ ਦਾ ਵੱਟਾਂ ਪਾਉਣ ਵਾਲਾ ਜਿੰਦਰਾ, ਜੋ ਕਿ ਬਿਜਾਈ ਦੇ ਵਿੱਚ ਬੀਜ ਨਹੀਂ ਚੱਕਦਾ ਔਰ ਬਹੁਤ ਸੋਹਣੀ ਵੱਟ ਪਾਉਂਦਾ ਦੋਸਤੋ। ਪੂਰੀ ਲੰਬਾਈ ਔਰ ਚੌੜਾਈ ਦੇ ਨਾਲ ਇਹ ਜਿੰਦਰਾ ਬਣਾਇਆ ਆਪਾਂ, ਕਿਸਾਨ ਵੀਰ ਇਹਨੂੰ ਬਹੁਤ ਪਸੰਦ ਕਰਦੇ ਆ ਔਰ ਦੋਸਤੋ ਮਜ਼ਬੂਤ ਬਹੁਤ ਹੈ, ਫੁੱਲ ਮਜ਼ਬੂਤ ਹੈ, ਚੌੜਾ ਪੀੜਾ ਵੀ ਹੋ ਜਾਂਦਾ। ਸੋ ਦੇਖੋ ਸਾਰੇ ਵੀਰ ਔਰ ਦਿਓ ਆਪਣੀ ਰਾਏ ਆਪਣੇ ਇਸ MGS ਕ੍ਰਿਸ਼ੀ ਯੰਤਰਾ ਦੇ ਵੱਟਾਂ ਵਾਲੇ ਜਿੰਦਰੇ ਬਾਰੇ। ਸੋ ਥੈਂਕਸ ਜੀ, ਸਾਰਿਆਂ ਦਾ ਧੰਨਵਾਦ ਜੀ।